ਅੱਛਾ ਜੀ, ਸਾਨੂੰ ਹੁਣ ਇਹ ਦੱਸੋ ਕਿ ਜਿਹੜਾ YBG ਦਾ ਕੰਮ ਸੀ, ਇਹ ਤਾਂ ਫਿਰ ਸਾਰੀ ਉਮਰ ਹੀ ਇਹਦੇ 'ਚ ਲੰਘ ਗਈ ਤੁਹਾਡੀ, ਅਤੇ ਡੇਰੇ ਦੇ ਉੱਤੇ ਤੁਸੀਂ ਦੱਸ ਰਿਹਾ ਹੋ ਕਿ ਕਣਕ ਅਤੇ ਮੁੰਜੀ ਜਿਹੜੀ ਸੀ ਨਾ, ਇਹ ਬਹੁਤ ਹੀ ਇਹ ਮਤਲਬ ਬੀਜੀ ਜਾਂਦੀ ਸੀ। ਮਕਸਦ ਹੈ ਕਿ ਬੀਜੀ ਇਸ ਵਾਸਤੇ ਜਾਂਦੀ ਸੀ, ਕਣਕ ਮੁੰਜੀ ਅਤੇ ਆ ਫਸਲ ਦੂਜੇ ਜਿਹੜੇ ਸਨ ਉਹ ਆਪਣੇ ਖਾਣ ਵਾਸਤੇ ਲਾਉਣੇ, ਥੋਮ ਲਾ ਲਿਆ, ਪਿਆਜ਼ ਲਾ ਲਿਆ, ਖਾਣ ਪੀਣ ਵਾਸਤੇ ਕਨਾਲ ਦੋ ਕਨਾਲਾਂ ਹੈ ਜੀ, ਇਹ ਸਬਜ਼ੀ ਆਪਣੇ ਖਾਣ ਪੀਣ ਵਾਸਤੇ ਲਾਈ। ਅਤੇ ਇਹ ਜਿਹੜੀ ਆਪਣਾ ਪੈਲੀਆਂ ਵੱਲ ਖੇਤਾਂ ਵੱਲ ਜਿਹੜਾ ਆੜ ਜਾਂਦੀ ਸੀ, ਇਹਨੂੰ ਫਿਰ ਤੁਸੀਂ ਗੋਡਦੇ ਕਰਦੇ ਸੋ? ਆਹੋ, ਗੋਡੀ ਜਾਂਦੀ ਸੀ। ਇਹ ਜਿਹੜਾ ਸਫਾਈ ਸਫੂਈ ਹੁੰਦੀ ਸੀ ਉਹਦੀ ਆੜ ਦੀ, ਜਿਹਨੂੰ ਕਾਲਾ ਵੀ ਆਖਦੇ ਨੇ, ਅਤੇ ਉਹ ਯਾਨੀ ਆਪਣਾ ਪਾਣੀ ਜਦੋਂ ਦੇਣਾ ਹੁੰਦਾ ਸੀ ਉਸ ਤੋਂ ਪਹਿਲਾਂ ਉਹਦੀ ਸਫਾਈ ਕਰੀ ਗਈ ਸੀ, ਉਹ ਬੜਾ ਸਫਾਈ ਕਰਕੇ ਖੂਹ ਦਾ ਪਾਣੀ ਹੁੰਦਾ ਸੀ ਕਿਹੜਾ ਕੋਈ। ਅੱਛਾ, ਜਿਹੜਾ ਖੂਹ ਦੇ ਬਾਰੇ ਕੋਈ ਦੱਸੋ ਕਿ ਜਿਹੜੇ ਢੱਗੇ ਰੱਖੇ ਸਨ ਉਦੋਂ ਢੱਗਿਆਂ ਦੇ ਨਾਲ ਹੀ ਸਿਲਸਿਲਾ ਸੀ ਖੂਹ ਦਾ? ਹਾਂ, ਢੱਗਿਆਂ ਨਾਲ। ਇਹ ਟਿਊਬਵੈਲ ਲੱਗਣ ਤੋਂ ਪਹਿਲਾਂ ਪਹਿਲਾਂ ਢੱਗੇ ਹੀ ਸਨ? ਢੱਗੇ ਹੀ ਸਨ। ਅਤੇ ਕਿੰਨੇ ਕੁ ਢੱਗੇ ਚੱਲਦੇ ਹਨ ਖੂਹ ਦੇ ਉੱਤੇ ਇੱਕ ਵਾਰੀ? ਦੋ ਢੱਗੇ ਸਵੇਰ ਦੇ ਜੁੱਤੇ ਅਤੇ ਉਹਨਾਂ ਨੂੰ 12 ਵਜੇ ਨਾਲ ਛੱਡਣਾ। ਅੱਛਾ, ਗਰਮੀਆਂ ਦੇ ਦਿਨਾਂ ਵਿੱਚ। ਅਤੇ ਉਹ ਕਿੰਨਾ ਕੁ ਉਸ ਟਾਈਮ ਤੱਕ ਉਹ ਪਾਣੀ ਕੱਢਦੇ ਸਨ ਜਿਹਦੇ ਨਾਲ ਉਹ ਆਪਣਾ ਪੈਰੀ ਵੱਲ ਜਾਂਦਾ? ਲਾ ਲਾ ਕੇ 4 ਕਨਾਲਾਂ ਪੀ ਜਾਂਦੀਆਂ। 4 ਕਨਾਲਾਂ 12 ਵਜੇ ਤੱਕ ਪੀ ਜਾਂਦੀਆਂ, ਅਤੇ ਢੱਗੇ 2 ਲੱਗੇ ਹੁੰਦੇ ਸਨ। ਅਤੇ ਇਹ 2 ਜੋੜਦੇ ਨੇ। ਇਹ ਸੁਣਿਆ ਇਹਨਾਂ ਨੂੰ ਬਲਦ ਆਖਦੇ ਸਨ? ਆ ਬਲਦ ਵੀ ਆਉਂਦੇ ਆ ਢੱਗਿਆਂ ਨੂੰ। ਹਾਂ, ਅਤੇ ਫਿਰ 12 ਵਜੇ ਤੋਂ ਬਾਅਦ ਫਿਰ ਜਿਹੜਾ ਉਹਨਾਂ ਨੂੰ ਫਿਰ ਆਰਾਮ ਦਿੰਦੇ ਸਨ? ਦੂਜੇ ਜਿਹੜੇ ਨੇ 2 ਜੋ ਲੈਂਦੇ, ਉਹ ਜੋ ਲੈਂਦੇ ਆ। ਉਹ ਫਿਰ ਕਿੰਨਾ ਚਿਰ? ਸ਼ਾਮ ਤੱਕ। ਸ਼ਾਮ ਤੱਕ। ਅਤੇ 4 ਕਨਾਲਾਂ ਫਿਰ ਪੀ ਜਾਂਦੀ ਸੀ? ਹਾਂ, ਕਿਉਂਕਿ ਸਵੇਰ ਦੇ ਜੁੱਤੇ 1 ਪੈਲੀ ਸਿਰਫ ਪੀਜਦੀ ਸੀ। ਠੀਕ ਹੈ। ਅਤੇ ਬਾਕੀ ਅਬਦਾਲ ਦੇ ਜਾਣਾ ਆਉਣਾ ਲੱਗਾ ਰਹਿੰਦਾ ਹੋਣਾ ਇੱਥੋਂ ਡੇਰੇ ਤੋਂ? ਅਬਦਾਲ ਵੀ ਜਾਂਦੇ ਹੋਣੇ। ਜਦੋਂ ਪਾਵਰ ਹਾਊਸ ਨਹੀਂ ਸੀ ਬਣਿਆ ਉਦੋਂ ਅਬਦਾਲੋ ਹੀ ਸੌਦਾ ਲੈਣ ਲਈ ਜਾਈ ਆਵਦਾ ਸੀ। ਸਹੀ ਹੈ। ਫਿਰ ਬਿਜਲੀ ਘਰ ਬਣਨ ਲੱਗਾ ਅਤੇ ਇੱਥੇ ਇੱਕ ਬੱਟ ਸੀ ਅਤੇ ਉਹਨੇ ਦੁਕਾਨ ਪਾਈ। ਬੱਟ ਮਰੂਮ ਹੁੰਦੇ ਸਨ, ਉਹਨਾਂ ਦੁਕਾਨ ਪਾਈ ਸੀ। ਹਾਂ, ਅਤੇ ਹੋਰ ਇਹ 'ਚ ਸੌਦਾ ਲੈ ਆਉਣਾ। ਉਹ ਗੁਜਰਾਂਵਾਲੇ ਤੋਂ ਜਾਂਦੇ ਹਨ, ਪੌਂਡਾਂ ਵਾਲੇ ਚੌਂਕ ਮੇਰੇ ਖਿਆਲ ਰਿਹਾ ਸੀ ਉਹਨਾਂ ਦੀ। ਠੀਕ ਹੈ। ਅਤੇ ਇਹਦਾ ਪੁੱਤਰ ਵਾਹਵਾ ਸੋਹਣਾ ਵੇਲਾ ਲੰਘਿਆ ਉੱਥੇ ਡੇਰੇ 'ਤੇ। ਅਤੇ ਰਾਤ ਨੂੰ ਫਿਰ ਕਿਹੜੇ ਵੇਲੇ ਤੁਸੀਂ ਆਪਣੇ ਘਰ ਜਾਂਦੇ ਕਰਦੇ ਹੋ? ਸੋ ਉੱਥੇ ਸੌਂਦੇ। ਅੱਛਾ, ਉੱਥੇ ਹੀ ਸੌਂਦੇ ਸੋ ਡੇਰੇ 'ਤੇ ਹੀ? ਠੀਕ ਹੈ। ਅਤੇ ਇਹ ਦੱਸੋ ਕਿ ਤੁਹਾਡਾ ਵਿਆਹ ਜਿਹੜਾ ਉਹ ਕਦੋਂ ਹੋਇਆ, ਮਤਲਬ ਡੇਰੇ ਤੋਂ ਸੀ ਜਦੋਂ ਤੁਹਾਡਾ ਵਿਆਹ ਹੋਇਆ? ਨਹੀਂ, ਆ ਗਿਆ। ਹਾਂ। ਅੱਛਾ, ਡੇਰੇ ਤੋਂ ਵਾਪਸ ਗਿਆ ਸੋ ਫਿਰ ਵਿਆਹ ਹੋਇਆ? ਹਾਂ। ਅਤੇ ਫਿਰ ਵਿਆਹ ਤੋਂ ਬਾਅਦ ਵਾਪਸ ਦੁਬਾਰਾ ਡੇਰੇ 'ਤੇ ਆ ਗਿਆ? ਹਾਂ, ਫਿਰ ਗਿਆ। ਠੀਕ ਹੈ। 6 ਮਹੀਨੇ ਕੱਢ ਕੇ ਫਿਰ ਗਿਆ। ਸਹੀ ਹੈ। ਮਤਲਬ ਤੁਹਾਡਾ ਦਿਲ ਲੱਗਾ ਸੀ ਡੇਰੇ 'ਤੇ? ਹਾਂ। ਵਾਹ, ਵਧੀਆ ਜਿਹੜਾ ਨਾ ਵੇਲਾ ਪਾਸ ਹੋ ਰਿਹਾ ਸੀ, ਗੁਜ਼ਰ ਰਿਹਾ ਸੀ ਟਾਈਮ ਚੰਗਾ। ਦੇਖੋ ਜੀ, ਸਿਰਫ ਵੱਡੀ ਫੁੱਫੀ ਜਿਹੜੀ ਤੁਹਾਡੀ ਸੀ ਉਹਦਾ ਮੇਰੇ ਜਾਣ ਤੋਂ ਪਹਿਲੇ ਸ਼ਾਦੀ ਹੋਈ। ਅੱਛਾ ਜੀ। ਅਤੇ ਦੂਜੇ ਜੀ ਜਿੰਨੇ ਵੀ ਨੇ, ਯਕੀ ਯਾ ਉਰਲਮ ਪਰਲਮ, ਚਾਰੀਆਂ ਕੁੜੀਆਂ, ਮੀਦਾ, ਇਹ ਸਭ ਜਿਹੜੇ ਮੇਰੇ ਉੱਥੇ ਗਿਆ। ਇਹਨਾਂ ਦੇ ਵਿਆਹ ਤੁਹਾਡੇ ਹੁੰਦਿਆਂ ਹੋਏ ਨੇ? ਹਾਂ, ਪਾਲਵਰ ਦਾ ਵੀ ਹੋਇਆ। ਅੱਛਾ ਜੀ। ਪਟਵਾਰੀ ਦਾ ਵੀ, ਇਹ ਸਾਰੀਆਂ ਸ਼ਾਦੀਆਂ ਮੇਰੇ ਉੱਥੇ ਜਾ ਰਹੇ ਚੁਣੇ ਨੇ। ਸਹੀ। ਅਤੇ ਦੱਸੋ, ਜਦੋਂ ਵਿਆਹ ਹੁੰਦੇ ਹਨ ਉਦੋਂ ਉੱਥੇ ਰੌਣਕ ਮੇਲਾ
ਕਿਸ ਤਰ੍ਹਾਂ ਉੱਥੇ ਲੱਗਦਾ ਸੀ, ਮਤਲਬ ਵਿਆਹ ਤੋਂ ਪਹਿਲਾਂ ਕਿੰਨਾ ਚਿਰ ਪਹਿਲਾਂ ਮੇਲ ਆ ਜਾਂਦਾ ਸੀ, ਕੁਛ ਇਸ ਬਾਰੇ ਦੱਸੋ। ਬਸ ਜੀ ਜਿਹੜਾ ਆ ਜਾਂਦੇ ਹਨ ਕਈ ਬਾਜਤ ਜੀ ਤੇ ਇਹ ਵਾਸਤੇ ਆਉਂਦੇ ਹਨ, ਯਾਰ ਉੱਥੇ ਆਵੋ ਵਾਹ ਬੜੀ ਵਾਹ, ਉੱਥੇ ਵੇਖੋ ਯਾਰ ਬੜਾ ਸੁੱਖ ਨਾਲ, ਉਹ ਬਾਲ ਵੀ ਖੇਡਣ ਲਈ ਖੁੱਲੀ ਜਾ ਜਗ੍ਹਾ ਨੇ, ਖੇਡਦੇ ਫਿਰਦੇ ਉਹਨਾਂ ਦੋ ਚਾਰ ਚਾਰ ਦਿਨ ਪਹਿਲੀ ਆ ਜਾਣਾ। ਅੱਛਾ ਜੀ, ਤੇ ਫਿਰ ਉਹਨਾਂ ਲਈ ਮੰਜੀਆਂ ਬਿਸਤਰ ਤੇ ਇਹ ਸਾਰਾ ਕਿੱਥੋਂ ਫਿਰ ਅੱਲਾ ਕੀਤਾ ਤੇ ਪਿੰਡਾਂ 'ਚੋਂ ਜਾ ਕੇ ਲਿਆਉਂਦੇ ਸੋ ਅਬਦਾਲੋਂ ਜੇ ਲੋੜ ਪਈ ਹੈ ਤੇ ਲਿਆਉਂਦੇ, ਨਹੀਂ ਤੇ ਅੱਲਾ ਕੀਤਾ ਤੇ ਇੰਨਾ ਕੁ ਡੇਰੇ ਤੇ ਵੀ ਕਾਫੀ ਇੰਤਜ਼ਾਮ ਸੀ, ਇਹਨਾਂ ਨੂੰ ਪਤਾ ਸੀ ਡੇਰੇ ਤੇ ਵੀ ਬੜਾ ਕੁਛ, ਨਹੀਂ ਤੇ ਚੌਕੀਦਾਰ ਨੂੰ ਆਖਣਾ ਖੀਰ ਹੁੰਦਾ ਸੀ ਖੁਸ਼ੀ ਖੁੱਡੂ ਨੂੰ ਆਉਂਦੇ ਹਨ, ਨਾਲੇ ਕੀ ਆਉਂਦੇ ਸਨ ਜੀ ਖੁੱਡੂ 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 ਖੁੱਡੂ। ਅੱਛਾ ਜੀ, ਹਾਂਜੀ ਇਹਨਾਂ ਨੂੰ ਤਲਾਹ ਦੇ ਦੇਣੀ ਯਾਰ ਬਿਸਤਰੇ ਕੋਈ ਚਾਰ ਇਕੱਠੇ ਕਰਕੇ ਲਿਆਵਿਆ ਜੀ, ਉਹਨਾਂ ਨੇ ਬਿਸਤਰੇ ਇਕੱਠੇ ਕਰਕੇ ਲੈ ਆਉਂਦੇ ਚਾਰ ਮੇਰੇ। ਅਤੇ ਵਿਆਹਾਂ ਤੋਂ ਜਿਹੜੀ ਪਕਵਾਈ ਸੀ ਉਹ ਡੇਰੇ 'ਤੇ ਹੀ ਹੁੰਦੀ ਸੀ ਸਾਰੀ, ਡੇਰੇ 'ਤੇ ਨਾਈ ਆ ਜਾਂਦਾ ਸੀ ਅਤੇ ਉੱਥੇ ਸਾਰਾ ਸਿਲਸਿਲਾ, ਅਤੇ ਬਾਕੀ ਉਹ ਜਿਹੜਾ ਲੱਡੂਆਂ ਦਾ ਸੀ ਖਾਤਾ ਉਹ ਵੀ ਉੱਥੇ ਹੀ ਬਣਦੇ ਸਨ, ਉੱਥੇ ਹੀ ਪਿਆ ਗੇਟ ਹੋਣਾ, ਅਬਦਾਲ ਦੇ ਭਾਈ ਅੱਲਾ ਦਿੱਤਾ ਸਾਫ ਸਨ, ਆਹੋ ਉਹ ਆ ਕੇ ਬਣਾਉਂਦੇ ਸਨ, ਆਹੋ ਬਲਕਿ ਇਹ ਜਿਹੜੇ ਜੀ ਸਰ ਸਾਰੇ ਲੋਕ ਤਾਂ ਵਿਹਦੇ ਰਹਿੰਦੇ ਹਨ ਕਿ ਯਾਰ ਕੋਈ ਕੰਮ ਇੰਨਾ ਵਿਡਿਆ ਕਿ ਨਹੀਂ। ਅੱਛਾ ਜੀ, ਨਾਲੇ ਖਾਣਾ ਪੀਣਾ ਸੌਖਾ, ਨਾਲੇ ਚਾਰ ਪੈਸੇ ਵੀ ਮਿਲ ਜਾਂਦੇ ਨੇ, ਵਧੀਆ ਬੱਲੇ ਬੱਲੇ। ਇਹ ਦੱਸੋ ਕੋਲ ਨਹਿਰ ਰਹੀ ਹੈ ਪਹਿਲਾਂ ਅਤੇ ਡੰਗਰ ਵੱਛਾ ਜਿਹੜਾ ਸੀ ਉਹ ਫਿਰ ਨਹਿਰ ਵਾਲੀ ਲੈ ਜਾਂਦੇ ਕਰਦੇ ਸੋ, ਨਹਿਰ ਦੇ ਉੱਤੇ ਤੋੜ ਬਗਲੇ ਸੀ ਤਾਂ ਚਾਰ ਕੇ ਲਿਆਉਂਦਾ ਰਹੇ। ਅੱਛਾ, ਨਹਿਰ ਨਹੀਂ ਸੀ ਨਾ ਉਹ ਤੋਂ ਬਗਲੇ ਸੀ ਤਾਂ ਚਾਰ ਕੇ ਲਿਆਉਂਦੇ। ਅੱਛਾ, ਡੇਰੇ 'ਤੇ ਕੰਮ ਕਰਨ ਵਾਲਿਆਂ 'ਚੋਂ ਇੱਕ ਸ਼ਖਸੀਅਤ ਭਾਈ ਮੁਹੰਮਦ ਬਸ਼ੀਰ ਸਾਹਿਬ ਸਨ ਜਿਹੜੇ ਹੁਣ ਵਫਾਤ ਪਾ ਗਏ ਨੇ, ਇਹ ਦੱਸੋ ਕਿ ਉਹ ਤੁਹਾਡੇ ਤੋਂ ਪਹਿਲਾਂ ਉੱਥੇ ਆ ਗਿਆ ਸਨ ਜਾਂ ਕਿ ਤੁਹਾਡੇ ਹੁੰਦਿਆਂ ਇਹਨਾਂ ਨੂੰ ਭਾ ਬਸ਼ੀਰਾ ਆਖਦੇ ਸਨ? ਫਿਰ ਦੁਬਾਰੇ ਫਿਰ ਉਹਨੂੰ ਖੜਿਆ ਸੀ, ਫਿਰ ਦੁਬਾਰਾ ਖੜਿਆ ਸੀ ਪਹਿਲੂ ਉਹ ਜਦੋਂ ਅਬਦਾਲ ਉਹਦੇ ਪਿਓ ਮਰਿਆ ਨਾ ਉਹਦਾ, ਉਹਦੀ ਮਾਂ ਨੇ ਮਾਰਿਆ ਸੀ। ਅੱਛਾ, ਅਤੇ ਫਿਰ ਉਹਦੇ ਤੋਂ ਬਾਅਦ ਇਹ ਫਿਰ ਡੇਰੇ 'ਤੇ ਆ ਗਿਆ, ਇੱਥੇ ਵਾਹਵਾ ਰਿਹਾ, ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਫਿਰ ਚਲਾ ਗਿਆ, ਫਿਰ ਡੇਰੇ 'ਤੇ ਦੁਬਾਰੇ ਗਿਆ ਸੀ ਭਾ ਬਸ਼ੀਰਾ। ਹਾਂ, ਉਹਨੇ ਵੀ ਬੜਾ ਵੇਲਾ ਉੱਥੇ ਲੰਘਾਇਆ, ਉਹਨੇ ਵੀ ਬੜਾ ਵੇਲਾ ਲੰਘਾਇਆ। ਅਤੇ ਇਸ ਤੋਂ ਅੱਡ ਉਹ ਜਿਹੜੇ ਸਨ ਭਾਈ ਬਰਕਤ ਅਤੇ ਭਾਈ ਹੈਦਰ ਸਾਹਿਬ ਜੀ ਰਹਿ ਰਹੇ, ਬਰਕਤ ਵੀ ਅਤੇ ਜੀਰੂ ਵੀ ਜਿਨ੍ਹਾਂ ਨੂੰ ਪਾ ਬੱਕਾ ਵੀ ਆਖਦੇ ਸਨ, ਆਹੋ ਜੀਰਾ ਸੀ ਅਤੇ ਪਾ ਗਫੂਰ ਵੀ ਉੱਥੇ ਡੇਰੇ 'ਤੇ ਰਿਹਾ, ਕਈ ਰਹਿ ਰਹੇ ਕਈ ਜੀ ਰਹਿ ਬੜਿਆਂ ਨੇ ਉੱਥੋਂ ਕਮਾ ਕੇ ਰੋ ਦਿੱਤਾ ਜੀ। ਠੀਕ ਹੈ, ਆਲਮ ਇੱਕ ਬਿਸ਼ਤੀ ਹੁੰਦਾ ਸੀ, ਉਹਨਾਂ ਦੇ ਬਾਰੇ 'ਚ ਕੁਝ ਦੱਸੋ। ਆਲਮ ਨੇ ਬੜਾ ਚਾਹ ਜਵਾਨ ਵੀ ਬੜਾ ਸੀ, ਉਹ ਕਿੱਥੋਂ ਦੇ ਸਨ? ਉਹ ਕੋਈ ਰਿਸ਼ਤੇਦਾਰ ਹੀ ਲੱਗਦੇ ਹਨ ਦੂਰੋਂ ਨੇੜਿਓ। ਅੱਛਾ ਜੀ, ਚਸਕੇ ਵਾਲੇ ਜੀ, ਉਹ ਫਿਰ ਸ਼ਾਦੀ ਸ਼ੁਦਾ ਨਹੀਂ ਸੀ ਆਲਮ, ਅਤੇ ਉਹਨਾਂ ਹਯਾਤੀ ਉੱਥੇ ਹੀ ਲੰਘਾ ਦਿੱਤੀ, ਉਹ ਇੱਥੇ ਲੰਘਾ, ਮਿਹਨਤੀ ਬੰਦੇ ਸਨ, ਬਸ ਬਹੁਤ ਮਿਹਨਤੀ ਬੰਦਾ, ਇੱਧਰ ਮੌਤ ਦੇ ਹਾਲ ਗਏ ਹਨ। ਅੱਛਾ, ਅਤੇ ਗੁਜਰਾਂ ਵਾਲੇ ਵੀ ਪੈਦਲ ਹੀ ਆਉਂਦੇ ਕਰਦੇ ਸੋ ਡੇਰੇ ਤੋਂ? ਆਹੋ, ਕੰਮ ਹੋਣਾ ਤੁਰ ਕੇ ਵੀ ਆ ਜਾਣਾ, ਉਹ ਯਾਰ ਕੀ ਬੈਲ ਹੈ ਉਹ ਆਹ ਤੇ ਸ਼ਹਿਰ ਜਾਂਦੇ ਆ, ਸੌਦਾ ਸੁਵਿਧਾ ਹੋਣਾ ਤੇ ਉਹ ਟਾਂਗੇ 'ਤੇ ਤੜ ਕੇ ਬਹਿ ਜਾਣਾ, ਅੱਠ ਆਨੇ ਸਿਰ ਉਹ ਕਿਰਾਇਆ ਸੀ, ਟਾਂਗੇ ਦਾ ਕਿਰਾਇਆ 8 ਆਨੇ ਸੀ। ਹਾਂ,
सही आंदा हथ कट ला मिस्र दिया बीबिया ने। अच्छा जी हथ कट ला मिस्र दिया बीबिया ने जो उसने यूसुफ नबूदार होया कर दिया चलिया कख नहीं पता लगा ऐसा कैफ ते ऐसा खुमार होया कुछ पता ही विच मैदान करबल किस दे हुसन दा गर्म बाजार होया जिन्हू तूर ते मूसा ना देख सके ओदे सामने ऐन दीदार होया उसने यूसुफ भी तरसदा रहा इत्थे मूसा नबी शहीद सने तूर दे ने इत्थे ऐन तदलियां दात दियां दैम जलवे मोहम्मद नूर दे ने सल्लल्लाहु अलैहि वसल्लम। वाह सुभान अल्लाह सुभान अल्लाह।